ताज़ा तरीन अपलोड्स की नोटिफिकेशन हासिल करने के लिए हमारे चैनल को सब्सक्राइब करें और साथ में दिए गए घंटी के निशान को दबाना ना भूलें। अस्सलामुअलैकुम वालेकुम, मैं थोड़ा अपना अमीन राजा अपने टीवी चैनल लाहौर करके प्रोग्राम फुल तीजा विद अमीन राजा नाल आज एक ऐसे आर्टिस्ट दे कार है जिदा तलक पीर महल दा जिला टोबा टेक सिंह दा तहसील पीर महल। पीर महल दी सुरीली आवाज ए गलबन शागिर्द ने दल्ला दौला खान साहब दे उना दे शागिर्द ने सेम उना तरह गाते ने ते असि इना दा नंबर सर्च कीता YouTube तो इना नु लेके अज इना दे घर इना नाल मिलना है। अज सारी तीजा शाहबुल्ला खान पीर महल दे नाल होएगी ਨਾਲੇ ਉਹਨਾਂ ਕੋਲੋਂ ਸੁਣਾਂਗੇ ਬਸ ਉਹਨਾਂ ਦੇ ਗਾਇਰ ਸੌਂਗ ਉਹਨਾਂ ਦੇ ਆਉਣ ਵਾਲੇ ਤੇ ਗੁਜ਼ਰੇ ਹੋਏ ਕੱਲ ਦੀਆਂ ਗੱਲਾਂ। ਜੀ ਬਿਸਮਿਲ੍ਲਾ ਰਹਿਮਾਨ ਰਹੀਮ ਜੀ, ਮੈਂ ਤੁਹਾਡਾ ਆਪਣਾ ਅਮੀਨ ਰਾਜਾ ਤੇ ਆਪਣੇ ਵਾਅਦੇ ਦੇ ਮੁਤਾਬਕ ਇੱਕ ਹੋਰ ਨਵੇਂ ਸੁਪਰ ਸਟਾਰ ਫਿਊਚਰ ਦੇ ਸੁਪਰ ਸਟਾਰ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਖਿਦਮਤ ਆ। ਮੇਰਾ ਤੁਹਾਡੇ ਨਾਲ ਵਾਅਦਾ ਸੀ ਕਿ ਮੈਂ ਆਪਣੇ ਦੇਸ਼ ਪੰਜਾਬ ਦੇ ਵਿੱਚੋਂ ਤੇ ਖਾਸ ਤੌਰ ਆਪਣੇ ਸ਼ਹਿਰ ਲਾਹੌਰ ਦੇ ਵਿੱਚੋਂ ਐਸੇ ਐਸੇ ਅਨਮੋਲ ਹੀਰੇ ਕੱਢ ਕੇ ਤੁਹਾਡੇ ਸਾਹਮਣੇ ਲੈ ਕੇ ਆਵਾਂਗਾ ਕਿ ਜਿਹੜੇ ਅਨਕਰੀਬ ਫਿਰ ਕਿਸੇ ਤਾਰਫ ਦੇ ਮੁਹਤਾਜ। ਪਹਿਲਾ ਤਾਰਫ ਮੈਂ ਕਰਵਾਵਾਂਗਾ ਤੇ ਉਸ ਤੋਂ ਬਾਅਦ ਇਨਸ਼ਾਅੱਲਾ ਤਾਲਾ ਉਹ ਉਹਨਾਂ ਨੂੰ ਤਾਰਫ ਦੀ ਲੋੜ ਨਹੀਂ ਪੈਗੀ ਕਦੀ ਵੀ। ਇਸ ਵੇਲੇ ਮੇਰੇ ਨਾਲ ਮੁਲਕ ਪਾਕਿਸਤਾਨ ਦੇ ਨਾਮਵਰ ਸਿੰਗਰ ਬਲਕਿ ਪਾਕਿਸਤਾਨ ਦੀ ਪਛਾਣ ਪੂਰੇ ਵਰਲਡ 'ਚ ਜਿਹੜੇ ਸਾਡੇ ਪੂਰੇ ਪਾਕਿਸਤਾਨ ਦੀ ਪਛਾਣ ਬਣੇ। ਮੈਂ ਦੇਖਿਆ ਬਾਹਰ ਦੀਆਂ ਕੰਟਰੀਆਂ 'ਚ ਜਾ ਕੇ ਵੀ ਜਦੋਂ ਆਰਟਿਸਟਾਂ ਦੇ ਹਵਾਲੇ ਨਾਲ ਅਸੀਂ ਗੱਲ ਕਰਦੇ ਹਾਂ ਤਾਂ ਲੋਕ ਦੋ ਤਿੰਨ ਨਾਂ ਲੈਂਦੇ ਨੇ, ਜਾਂ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ, ਜਾਂ ਲਾਲਾ ਆਰਫ ਲਾਹੌਰ ਸਾਹਿਬ ਦਾ, ਜਾਂ ਲਾਲਾ ਅਤਾਉਲਾ ਖਾਨ ਇਸਾ ਖਿਲਵੀ ਸਾਹਿਬ ਦਾ। ਜੀ, ਇਹ ਉਹ ਤਿੰਨ ਨਾਮ ਨੇ ਜਿਹਨੂੰ ਪੂਰੀ ਦੁਨੀਆ ਹੀ ਜਾਣਦੀ ਹੈ। ਬਾਜ਼ ਜਗ੍ਹਾ 'ਤੇ ਬਾਜ਼ ਇਲਾਕਿਆਂ 'ਚ ਪਾਕਿਸਤਾਨ ਦੀ ਪਛਾਣ ਇਹਨਾਂ ਤਿੰਨ ਆਰਟਿਸਟਾਂ ਦੀ ਵਜ੍ਹਾ ਨਾਲ ਹੈ। ਅੱਜ ਲਾਲਾ ਅਤਾਉਲਾ ਖਾਨ ਸਾਹਿਬ ਦੇ ਹੋਣਹਾਰ ਸ਼ਗਿਰਦ, ਇੱਕ ਐਸੇ ਸ਼ਗਿਰਦ ਜਦੋਂ ਗਾਉਂਦੇ ਨੇ ਤਾਂ ਲੱਗਦਾ ਕਿ ਜਿਵੇਂ ਲਾਲਾ ਜੀ ਖੁਦ ਹੀ ਗਾ ਰਹੇ ਨੇ। ਅੱਜ ਸਾਡੇ ਨਾਲ ਨੇ ਜਨਾਬ ਸ਼ਾਹਦੁੱਲਾ ਖਾਨ ਸਾਹਿਬ ਪੀਰ ਮਹਿਲ ਵੀ, ਬਹੁਤ ਸੋਹਣੇ, ਬਹੁਤ ਅੱਛੇ ਇਨਸਾਨ, ਖਾਸ ਤੌਰ 'ਤੇ ਬਹੁਤ ਅੱਛੇ ਆਰਟਿਸਟ। ਅੱਜ ਇਹਨਾਂ ਨਾਲ ਗੱਪਸ਼ਪ ਹੋਏਗੀ, ਇਹਨਾਂ ਦੇ ਕੋਲੋਂ ਪੁੱਛਾਂਗੇ ਕਿ ਇਹਨਾਂ ਨੇ ਖਾਨ ਸਾਹਿਬ ਕੋਲੋਂ ਕਿੰਨੀ ਦੇਰ ਸ਼ਗਿਰਦੀ ਕੀਤੀ, ਕਿੰਨਾ ਸਿੱਖਿਆ, ਆਪਣਾ ਜ਼ਾਤੀ ਕੰਮ ਕਿੰਨਾ ਕੁ ਕੀਤਾ, ਅਤੇ ਅੱਗੇ ਆਉਣ ਵਾਲੇ ਦਿਨਾਂ 'ਚ ਇਹਨਾਂ ਦਾ ਕੀ ਪਲੈਨ ਨੇ। ਅਤੇ ਜਨਾਬ, ਅਸੀਂ ਆਪਣਾ ਪ੍ਰੋਗਰਾਮ ਫੁੱਲ ਤੱਤੀ ਚਾਹ ਵਿਦ ਅਮੀਨ ਰਾਜਾ ਦੇ ਵਿੱਚ ਸ਼ਾਹਦੁੱਲਾ ਖਾਨ ਸਾਹਿਬ ਪੀਰ ਮਹਿਲਵੀ ਸਾਹਿਬ ਦਾ ਵੈਲਕਮ ਕਰਨੇ ਹਾਂ ਅਤੇ ਨਾਲੇ ਜਨਾਬ ਸਲਾਮ ਪੇਸ਼ ਕਰਨੇ। ਅਸਲਾਮੁਅਲੈਕੁਮ ਜੀ। ਵਾਲੇਕੁਮ ਅਸਲਾਮ ਜੀ। ਔਰ ਸ਼ਾਹਦੁੱਲਾ ਖਾਨ ਸਾਹਿਬ, ਤਬੀਅਤ ਸਿਹਤ ਠੀਕ ਹੈ ਤੁਹਾਡੀ? ਜੀ, ਅੱਲਾ ਦਾ ਸ਼ੁਕਰ ਹੈ, ਬਿਲਕੁਲ ਠੀਕ ਠਾਕ। ਆਪ ਸੁਣਾਏ ਠੀਕ ਹੈ? ਅੱਛਾ ਸ਼ਾਹਦੁੱਲਾ ਖਾਨ ਸਾਹਿਬ, ਸਾਡਾ ਪ੍ਰੋਗਰਾਮ ਹੈ ਪੰਜਾਬੀ ਦਾ, ਫੁੱਲ ਤੱਤੀ ਚਾਹ, ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਠੇਠ ਪੰਜਾਬੀ ਹੈ ਅਤੇ ਆਪਾਂ ਗਾਉਂਦੇ ਵੀ ਪੰਜਾਬੀ ਹਾਂ, ਇਸ ਲਈ ਜ਼ਰਾ ਪੰਜਾਬੀ ਨੂੰ ਅਸੀਂ ਪ੍ਰਾਇਓਰਟੀ 'ਤੇ ਰੱਖਾਂਗੇ, ਪੰਜਾਬੀ 'ਚ ਹੀ ਗੱਲ ਕਰਨੀ। ਠੀਕ ਹੈ ਜੀ। ਅੱਛਾ, ਆਪਣਾ ਖਾਨ ਸਾਹਿਬ, ਠੰਡ ਛੰਡ ਬਹੁਤ ਲਾਹੌਰ ਸ਼ਹਿਰ ਦੇ ਵਿੱਚ ਅਤੇ ਤੁਸੀਂ ਰਿਹਾਇਸ਼ ਲਾਹੌਰ 'ਚ ਰੱਖੀ ਹੈ ਅਤੇ ਤੁਹਾਡਾ ਇਲਾਕਾ ਪੀਰ ਮਹਿਲ ਹੈ, ਉੱਥੇ ਤਾਂ ਇਸ ਤੋਂ ਵੀ ਬਹੁਤੀ ਠੰਡ ਹੋਏਗੀ ਕਿਉਂਕਿ ਖੁੱਲ੍ਹੇ ਇਲਾਕੇ ਨੇ, ਇਸ ਤਰ੍ਹਾਂ ਹੀ ਹੈ? ਬਿਲਕੁਲ ਇਸ ਤਰ੍ਹਾਂ ਹੀ, ਇਸ ਤਰ੍ਹਾਂ ਹੀ। ਪੀਰ ਮਹਿਲ ਇਹ ਤੁਹਾਡਾ ਇਲਾਕਾ ਹੈ ਗਲਬਨ ਅਤੇ? ਅੱਛਾ, ਕਿਹੜਾ ਜ਼ਿਲ੍ਹਾ ਹੈ? ਜ਼ਿਲ੍ਹਾ ਟੋਬਾ ਟੇਕ ਸਿੰਘ ਹੈ ਜੀ। ਅੱਛਾ, ਜ਼ਿਲ੍ਹਾ ਟੋਬਾ ਟੇਕ ਸਿੰਘ ਦਾ ਤਹਿਸੀਲ ਗਲਬਨ ਪੀਰ ਮਹਿਲ ਜੀ, ਤਹਿਸੀਲ। ਅੱਛਾ, ਤੁਸੀਂ ਜ਼ਰੂਰੀ ਸਮਝਦੇ ਹੋ ਕਿ ਯਾਨੀ ਕਿ ਜਿੱਥੇ ਤੁਹਾਡਾ ਨਾਂ ਨਿਕਲੇ ਪੂਰੀ ਦੁਨੀਆਂ ਵਿੱਚ ਅੱਲਾਹ ਤਾਲਾ ਤੁਹਾਨੂੰ ਤੁਹਾਡਾ ਨਾਮ ਪਹੁੰਚਾਵੇ ਅਤੇ ਉੱਥੇ ਤੁਹਾਡੇ ਇਲਾਕੇ ਦਾ ਨਾਮ ਵੀ ਨਾਲ ਹੋਣਾ ਚਾਹੀਦਾ, ਇਹ ਇਸ ਜਜ਼ਬੇ ਨੂੰ ਅਸੀਂ ਕੀ ਕਹਾਂਗੇ? ਇਸ ਜਜ਼ਬੇ ਨੂੰ ਕਿ ਮੇਰੇ ਇਲਾਕਾ ਹੈ ਅਤੇ ਮੈਂ ਆਪਣੇ ਇਲਾਕੇ ਨੂੰ ਨਾਲ ਨਾਲ ਰੱਖਣਾ ਆਪਣੇ ਨਾਮ ਦੇ ਨਾਲ, ਕਿ ਮੈਂ ਜਿੱਥੇ ਮੇਰਾ ਨਾਮ ਹੋਵੇ ਮੇਰੇ ਇਲਾਕੇ ਦਾ ਨਾਲ ਉਹਨਾਂ ਨਾਲ ਤਾਰਫ ਹੋਵੇ। ਬਹੁਤ ਅੱਛੀ ਗੱਲ ਹੈ ਜੀ। ਇਹ ਵੀ ਇੱਕ ਆਲਾ ਜ਼ਰਫੀ ਹੈ ਇੱਕ, ਕਿ ਤੁਸੀਂ ਆਪਣੇ ਇਲਾਕੇ ਨੂੰ, ਆਪਣੇ ਪੂਰੇ ਇਲਾਕੇ ਨੂੰ, ਆਪਣੇ ਸ਼ਹਿਰ ਨੂੰ ਪ੍ਰਮੋਟ ਨਾਲ ਕਰਦੇ ਹੋ ਅਤੇ ਬੇਸ਼ੁਮਾਰ ਲੋਕਾਂ ਨੇ ਇਸ ਤਰ੍ਹਾਂ ਹੀ ਕੀਤਾ। ਜਿਵੇਂ ਤਾਉਲਾ ਖਾਨ ਸਾਹਿਬ ਜਿਨ੍ਹਾਂ ਦੇ ਇਹ ਸ਼ਾਗਿਰਦ ਨੇ, ਉਹਨਾਂ ਨੇ ਈਸਾ ਖੇਲ ਨੂੰ ਕੌਣ ਜਾਣਦਾ ਸੀ, ਲੇਕਿਨ ਅੱਜ ਈਸਾ ਖੇਲ ਨੂੰ ਲੋਕ ਲਾਹੌਰ ਨਾਲ ਬਹੁਤਾ ਜਾਣਦੇ ਨੇ, ਈਸਾ ਖੇਲ ਉਹ ਵਜ੍ਹਾ ਸਿਰਫ ਅਤਾਉਲਾ ਖਾਨ ਸਾਹਿਬ ਹੀ ਬਣੇ। ਅੱਛਾ, ਕਿੰਨੀ ਉਮਰ 'ਚ ਤੁਹਾਨੂੰ ਇਹ ਗਾਉਣ ਦਾ ਸ਼ੌਕ ਲੱਗਾ? ਜੀ, ਮੈਂ 12 ਸਾਲ ਦੀ ਏਜ ਦੇ ਵਿੱਚ ਮੈਨੂੰ ਸ਼ੌਕ ਸੀ, ਬਕਾਇਦਾ ਮੈਂ ਸਕੂਲ ਪੜ੍ਹਦਾ ਸਾਂ, ਸਕੂਲ ਦੇ ਵਿੱਚ ਗਾਣਾ ਉਹਦਾ ਉਸਤਾਦ ਉਹਨਾਂ ਦਾ ਆਇਆ ਸੀ, ਕਮੀਜ਼ ਤੇਰੀ ਕਾਲੀ ਸੋਹਣੇ ਫੁੱਲਾਂ ਵਾਲੀ, ਅਤੇ ਮੈਂ ਉਹਨੂੰ ਬਹੁਤ ਅੱਛੇ ਤਰੀਕੇ ਨਾਲ ਗਾਉਂਦਾ ਸਾਂ ਜਾਂ ਸੁਣਦਾ ਸੀ ਬੜੇ ਸ਼ੌਕ ਨਾਲ। ਉਸ ਦੇ ਨਾਲ ਨਾਲ ਮੈਨੂੰ ਸ਼ੌਕ ਹੋਇਆ ਕਿ ਮੈਂ ਇਸ ਕੰਮ ਦੇ ਵਿੱਚ ਆਵਾਂ, ਆਪ ਗਾਓ। ਹਾਂਜੀ, ਇਸ ਕੰਮ ਦੇ ਵਿੱਚ ਆਵਾਂ, ਮਗਰ ਮੇਰੇ ਘਰ ਵਾਲਿਆਂ ਨੇ ਅੱਛਾ ਨਹੀਂ ਸਮਝਦੇ, ਅਤੇ ਵਾਲਦਾ ਨੂੰ ਮੈਂ ਗੱਲ ਕੀਤੀ, ਵਾਲਦਾ ਨੇ ਕਿਹਾ ਜੀ ਨਹੀਂ ਇਸ ਕੰਮ 'ਚ ਨਹੀਂ ਆਉਂਦਾ, ਇਹ ਸਾਡੇ ਕਰਨ ਵਾਲਾ ਕੰਮ ਨਹੀਂ। ਜੀ ਜੀ। ਅਤੇ ਉਹਦੇ ਬਾਅਦ ਫਿਰ ਮੈਂ, ਕਿਉਂਕਿ ਵਾਲਦਾ ਵਾਲਦਾ ਹੁੰਦੀ ਹੈ, ਅਤੇ ਵਾਲਦਾ ਨੇ ਮੈਂ ਜਦੋਂ ਦੁਬਾਰਾ ਫਿਰ ਮੈਂ ਕਿਹਾ, ਵਾਲਦਾ ਨੇ ਕਿਹਾ ਚਲੋ ਤੂੰ ਮੈਟ੍ਰਿਕ ਕਰ ਲੈ। ਮੈਟ੍ਰਿਕ ਤੋਂ ਬਾਅਦ ਫਿਰ ਆਪਣਾ ਸ਼ੌਕ ਪੂਰਾ ਕਰ ਲਈ, ਮੈਟ੍ਰਿਕ ਕੀਤੀ, ਮੈਟ੍ਰਿਕ ਕਰਕੇ ਮੈਂ ਖਾਨ ਸਾਹਿਬ ਦੇ ਕੋਲ ਆ ਗਿਆ, ਤਕਰੀਬਨ ਮੈਂ 3 ਸਾਲ ਦਾ ਅਰਸਾ ਮੈਂ ਖਾਨ ਸਾਹਿਬ ਦੇ ਕੋਲ ਗੁਜ਼ਾਰਿਆ, ਬਹੁਤ ਅੱਛੇ ਹਾਰਮੋਨੀਅਮ ਮੈਂ ਉਹਨਾਂ ਦੇ ਕੋਲੋਂ ਤਰਬੀਅਤ ਹਾਸਿਲ ਕੀਤੀ, ਅਤੇ ਅੱਜ ਤੁਹਾਡੇ ਸਾਹਮਣੇ ਜਿਸ ਮੁਕਾਮ ਤੱਕ, ਜੀ ਜੀ, ਜਿਸ ਮੁਕਾਮ ਤੱਕ ਮੈਂ ਪਹੁੰਚਿਆ, ਬਸ ਉਸਤਾਦਾਂ ਦੇ ਜੁੱਤੀਆਂ ਦਾ ਸਦਕਾ ਹੈ। ਅੱਛਾ, ਇੱਕ ਗੱਲ ਮੈਂ ਪੁੱਛਣਾ ਚਾਹਾਂਗਾ ਤੁਹਾਡੇ ਕੋਲੋਂ ਕਿ ਸ਼ਾਹਦੁੱਲਾ, ਅਤਾਉਲਾ ਅਤੇ ਸ਼ਾਹਦੁੱਲਾ,
ਤੁਹਾਡਾ ਨਾਮ ਵੀ ਸ਼ਹਾਦੁੱਲਾ ਹੀ ਹੈ ਜਾਂ ਮੁਹੰਮਦ ਸ਼ਾਹਦ ਹੈ ਕਿ ਤੁਸੀਂ ਸ਼ਹਾਦੁੱਲਾ ਆਪਣੇ ਉਸਤਾਦ ਦੀ ਨਿਸਬਤ ਦੇ ਨਾਲ ਆਪਣਾ ਨਾਂ ਕੀਤਾ ਸ਼ਹਾਦੁੱਲਾ ਜਾਂ ਓਰਿਜਨਲ ਨਾਮ ਵੀ ਇਹੋ ਸ਼ਹਾਦੁੱਲਾ ਹੀ? ਜੀ ਮੇਰਾ ਓਰਿਜਨਲ ਨਾਮ ਹੈ ਸ਼ਾਹਿਦ ਨਵੀਦ ਚੌਧਰੀ। ਜੀ ਨਵੀਦ ਵੱਲ ਸਾਹਿਬ ਦਾ ਨਾਂ ਹੈ ਗੱਲ? ਜੀ ਨਹੀਂ, ਵੈਸੇ ਹੀ ਮੇਰਾ ਘਰ ਵਾਲਿਆਂ ਨੇ ਨਾਮ ਰੱਖਿਆ ਹੋਇਆ ਅਤੇ ਮਗਰ ਮੈਂ ਖਾਨ ਸਾਹਿਬ ਨੇ ਮੇਰਾ ਨਾਮ ਚੇਂਜ ਕਰਵਾਇਆ ਕਿ ਜਿਸ ਤਰ੍ਹਾਂ ਮੇਰਾ ਨਾਮ ਲੋਕਾਂ ਦੇ ਜ਼ਿਹਨ 'ਤੇ ਨਕਸ਼ ਹੋ ਜਾਂਦਾ ਅਤੇ ਤੁਹਾਡਾ ਵੀ ਜ਼ਿਹਨ ਨਕਸ਼ ਹੋ ਜਾਏ ਹਰ ਬੰਦੇ ਦੇ, ਸ਼ਾਹਿਦੁੱਲਾ ਖਾਨ ਪੀਰ ਮਹਿਲ ਜੀ। ਜੀ ਬਹੁਤ ਅੱਛੇ। ਅੱਛਾ ਬਚਪਨ ਤੋਂ, ਅੱਛਾ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਇੱਕ ਪੱਕੀ ਗੱਲ ਕਿ ਪੀਰ ਮਹਿਲ ਜਿਹੜਾ ਇਲਾਕਾ ਹੈ ਕੋਈ ਪਿੰਡ ਥਾਂ ਦਾ ਇਲਾਕਾ ਹੈ ਅਤੇ ਪਿੰਡਾਂ ਦੇ ਬੱਚੇ ਬਹੁਤ ਸ਼ਰਾਰਤੀ ਹੁੰਦੇ ਨੇ ਅਤੇ ਪੱਕੀ ਗੱਲ ਤੁਸੀਂ ਸ਼ਕਲੋਂ ਹੀ ਲੱਗ ਰਿਹਾ ਸ਼ਰਾਰਤੀ, ਤੁਸੀਂ ਵੀ ਢੇਰ ਜੇ ਕੋਈ ਬਚਪਨ 'ਚ ਸ਼ਰਾਰਤੀ ਸੀ ਜਾਂ ਮੇਰੇ ਤਰ੍ਹਾਂ ਸ਼ਰੀਫ ਆਦਮੀ ਸਿੱਧੇ ਸੀ ਤੁਸੀਂ? ਨਹੀਂ ਜੀ, ਸ਼ਰੀਫ ਆਦਮੀ ਸਾਂ ਬਸ ਮੇਰੇ ਤਰ੍ਹਾਂ ਤੁਹਾਡੇ। ਅੱਛਾ ਜੀ, ਕੋਈ ਸ਼ਰਾਰਤਾਂ ਨਹੀਂ ਕੀਤੀਆਂ? ਕੋਈ ਐਸੀ ਗੱਲ ਸੁਣਾਓ ਆਪਣੇ ਬਚਪਨ ਦਾ ਵਾਕਿਆ ਕਿ ਜਿਹਦਾ ਲਾਮਾ ਘਰ ਆਇਆ ਹੋਵੇ ਮਾਂ ਕੋਲ। ਲਾਮੇ ਤਾਂ ਆਉਂਦੇ ਆ ਸਾਨੂੰ, ਤੁਹਾਨੂੰ ਪਤਾ ਕਿ ਬਚਪਨ ਦੇ ਵਿੱਚ ਲਾਮੇ ਆਉਂਦੇ ਹੀ ਹੁੰਦੇ ਨੇ। ਨਹੀਂ ਤੁਹਾਡੇ ਜਵਾਨੀ 'ਚ ਵੀ ਕਾਫੀ ਆਏ ਹੋਣੇ ਨੇ, ਮੈਂ ਬਚਪਨ ਦੀ ਗੱਲ ਕਰਨਾ ਵੀ ਜਿਹੜੇ ਬਚਪਨ 'ਚ ਲਾਮੇ ਘਰ ਆਏ ਕਿਸੇ ਦੀ ਕੋਈ ਸ਼ਾਇਦ ਤੋੜਤੀ ਇਸ ਤਰ੍ਹਾਂ ਦਾ? ਜੀ ਉਹ ਤਾਂ ਬਹੁਤ ਕੁਛ ਮਗਰ ਮੈਂ ਉਹ ਜ਼ਾਹਿਰ ਨਹੀਂ ਕਰਨਾ ਚਾਹੁੰਦਾ। ਅੱਛਾ ਬਚਪਨ ਦਾ ਵਾਕਿਆ ਤਾਂ ਤੁਸੀਂ ਸਾਨੂੰ ਨਹੀਂ ਸੁਣਾ ਰਹੇ ਜਿਹੜਾ ਉਹ ਲਾਮੇ ਵਾਲਾ, ਅਤੇ ਜਿਹੜਾ ਜਵਾਨੀ 'ਚ ਕੋਈ ਲਾਮਾ ਤੁਸੀਂ ਘਰ ਜਾਣ ਦਵਾਇਆ, ਜਵਾਨੀ ਦੇ ਲਾਮੇ ਹੋਰ ਹੁੰਦੇ ਨੇ ਅਤੇ ਕੋਈ ਐਸਾ ਵਾਕਿਆ ਸੁਣਾਓ ਕਿ ਜਦੋਂ ਤੋਂ ਬਾਅਦ ਅਕਸਰ ਲੋਕ ਸਿੰਗਰ ਹੀ ਬਣਦੇ ਨੇ ਇਹੋ ਜਿਹੇ ਲਾਮਿਆਂ ਤੋਂ ਬਾਅਦ, ਉਹ ਇਹੋ ਜਿਹਾ ਵਕਵਾ ਹੋਇਆ ਜ਼ਰਾ ਉਹ ਜ਼ਰਾ ਮੇਰੇ ਵੇਖਣ ਵਾਲੇ ਨਾਲ ਜ਼ਰਾ ਸ਼ੇਅਰ ਕਰੋ। ਲਾਮਾ ਸਰ ਇਹ ਵੇ ਕਿ ਚਾਚੇ ਦਾ ਘਰ ਨਾਲ ਸੀ। ਅੱਛਾ। ਮੇਰੀ ਕਜ਼ਨ ਸੀ ਜਿਹਦੇ ਨਾਲ ਮੈਂ ਮੁਹੱਬਤ ਕਰਦਾ ਸਾਂ ਅਤੇ ਅਸੀਂ ਸਾਰਾ ਦਿਨ ਦੀਵਾਰ ਦੇ ਉੱਤੇ ਖਲੋ ਕੇ, ਦੀਵਾਰ ਦੇ ਨਾਲ ਦੀਵਾਰ ਸੀ, ਦੀਵਾਰ ਦੇ ਉੱਤੇ ਖਲੋ ਕੇ ਮੁਲਾਕਾਤਾਂ ਕਰਦੇ ਸਾਂ ਅਤੇ ਬਸ ਉਹਦੇ ਬਾਅਦ ਚਾਚੇ ਉਹਨਾਂ ਨੂੰ ਪਤਾ ਲੱਗ ਗਿਆ ਅਤੇ ਬਸ ਉਹ ਲਾਂਬਾ ਮੇਰੇ ਘਰ ਲੈ ਕੇ ਆਏ ਨੇ ਅਤੇ ਮੇਰੀ ਵਾਲਦਾ ਨੇ ਬਹੁਤ ਮੈਨੂੰ ਯਾਨੀ ਕਿ ਬੁਰਾ ਭਲਾ ਕਿਹਾ। ਸਰ ਬੁਰਾ ਭਲਾ ਕਿਹਾ ਕਿ ਫੈਂਟਿਆ ਵੀ ਨਾਲ? ਨਹੀਂ ਬੁਰਾ ਭਲਾ ਹੀ ਕਿਹਾ, ਮੇਰੀ ਮਾਂ ਫੈਂਟਦੀ ਨਹੀਂ ਸੀ। ਮਾਂ ਹੋਰੀ ਜੁੱਤੀ ਨਹੀਂ ਸੀ ਪਾਉਂਦੇ? ਜੁੱਤੀ ਪਾਉਂਦੇ ਸਨ ਮਗਰ ਨਹੀਂ, ਉਹਨਾਂ ਨੇ ਕਦੇ ਸਾਡੇ 'ਤੇ ਹੱਥ ਨਹੀਂ ਚੁੱਕਿਆ। ਅੱਛਾ, ਅੱਲਾਹ ਤਾਲਾ ਮਾਂ ਹੋਰਾਂ ਨੂੰ ਤੰਦਰੁਸਤੀ ਦੇਵੇ, ਜ਼ਿੰਦਗੀ ਦੇਵੇ ਕਿ ਜਿਨ੍ਹਾਂ ਨੇ ਕਦੇ ਜੁੱਤੀ ਨਹੀਂ ਲਾਈ, ਵੈਸੇ ਬਣਦਾ ਹੈ ਸੀ ਲਾਣਾ, ਲਾਮਾ ਛੋਟਾ ਨਹੀਂ ਗਾ। ਅੱਛਾ ਤੁਸੀਂ ਮੈਨੂੰ ਦੱਸੋ ਅਤੇ ਉਹ ਪਿਆਰ ਫਿਰ ਹਾਸਲ ਵੀ ਹੋਇਆ ਜਾਂ ਉਹਦੇ ਗਮ 'ਚ ਅੱਜ ਤੱਕ ਸਿੰਗਿੰਗ ਵਾਲੇ ਪਾਸੇ, ਕਿਉਂਕਿ ਅਕਸਰ ਸਿੰਗਰਾਂ ਦੀ ਤੁਹਾਡੇ ਉਸਤਾਦ ਹੋਰਾਂ ਦੀ ਵੀ ਸਟੋਰੀ ਇਹੋ ਜਿਹੀ? ਕੁਝ ਹਾਸਲ ਤਾਂ ਨਹੀਂ ਹੋਇਆ ਉਹਨਾਂ ਕੋਲ, ਕਿਉਂਕਿ ਅਸੀਂ ਵਾਲਦ ਸਾਹਿਬ ਅਤੇ ਵਾਲਦਾ ਉਹਨਾਂ ਦੇ ਘਰ ਗਏ ਨੇ ਰਿਸ਼ਤਾ ਕਰਨ ਵਾਸਤੇ। ਹਾਂਜੀ, ਅਤੇ ਉਹਨਾਂ ਨੇ ਅੱਗੇ ਇਨਕਾਰ ਕਰਤਾ, ਫਿਰ ਉਹਦਾ ਰਸਤਾ ਹੋਰ ਹੋ ਗਿਆ, ਸਾਡਾ ਰਸਤਾ ਹੋਰ ਹੋ ਗਿਆ ਅਤੇ ਉਹਦੇ ਬਾਅਦ ਗਾਇਕੀ ਵੱਲ ਧਿਆਨ ਕੀਤਾ। ਮਗਰ ਮੈਂ ਅੱਜ ਤੱਕ ਗਾਇਕੀ 'ਚ ਅਗਰ ਗਾਉਂਦਾ ਨਾ ਤਾਂ ਮੈਂ ਕਿਸੇ ਦੀ ਯਾਦ ਦੇ ਵਿੱਚ, ਸਿਰਫ ਅੱਲਾਹ ਤਾਲਾ ਦੀ ਯਾਦ ਦੇ ਵਿੱਚ ਮੈਂ ਕਰਨਾ ਪਿਆ। ਚਲੋ ਗਾਇਕੀ ਦਾ ਤਾਂ ਜ਼ਿਕਰ ਹੁੰਦਾ ਰਹੇਗਾ। ਅੱਛਾ ਤੁਸੀਂ ਤਾਂ ਇਹ ਦੱਸੋ ਕਿ ਉਹ ਅੱਲਾਹ ਦੇ ਜੀ ਜਿਹਨਾਂ ਤੁਸੀਂ ਪਿਆਰ ਕਰਦੇ ਤੁਹਾਨੂੰ ਮਿਲਿਆ, ਲੇਕਿਨ ਚਾਚੇ ਦੀ ਬੇਟੀ ਸੀ, ਕਿਤੇ ਰਾਤ ਬਰਾਤ 'ਤੇ ਉਹਦੀ ਸ਼ਾਦੀ ਹੋ ਗਈ ਹੋਣੀ, ਉਹਦੇ ਬੱਚੇ ਵੀ ਆਉਂਦੇ ਹੋਣੇ ਨੇ, ਅਤੇ ਕਦੀ ਇਸ ਤਰ੍ਹਾਂ ਹੋਇਆ ਕੋਈ ਨਾ ਕੋਈ ਬੇਟਾ ਮਾਮੂ ਨੂੰ ਸਲਾਮ ਕਰਕੇ ਉਹ, ਕਦੀ ਇਸ ਤਰ੍ਹਾਂ ਹੋਇਆ? ਨਹੀਂ ਐਸਾ ਨਹੀਂ ਹੋਇਆ, ਮੁਲਾਕਾਤਾਂ ਸਾਰੀਆਂ ਹੁੰਦੀਆਂ ਨੇ, ਹਲੇ ਵੀ ਹੁੰਦੀਆਂ ਨੇ। ਜੀ ਜੋ ਚਾਚੇ ਦੀ ਬੇਟੀ ਹੈ, ਮੁਲਾਕਾਤਾਂ ਹੁੰਦੀਆਂ ਨੇ ਮਗਰ ਨਾ ਕਦੇ ਉਹਨੇ ਸਾਨੂੰ ਬੁਲਾਇਆ ਨਾ ਅਸੀਂ ਉਹਨਾਂ ਨੂੰ ਬੁਲਾਇਆ, ਅਤੇ ਮਗਰ ਬੱਚਿਆਂ ਦੇ ਜਿਹੜੇ ਉਹਨਾਂ ਦੇ ਬੱਚੇ ਨੇ ਉਹਨਾਂ ਨੇ ਮਾਮੂ ਮੈਨੂੰ ਕਦੇ ਨਹੀਂ ਕਿਹਾ। ਚਲੋ ਇਹ ਬੜੀ ਅੱਛੀ ਗੱਲ ਹੈ, ਨਹੀਂ ਤਾਂ ਜਦੋਂ ਪਿਆਰ ਕਰਨ ਵਾਲੇ ਜੀਆਂ ਦੇ ਬੱਚੇ ਮਾਮੂ ਕਹਿ ਦੇਣ ਨਾ ਅਤੇ ਉਦੋਂ ਦਿਲ ਕਰਦਾ ਕਿ ਬੰਦਾ ਕੋਠੇ ਤੋਂ ਛਾਲ ਮਾਰਦਾ, ਇੰਨਾ ਦਿਲ ਬੁਰਾ ਹੁੰਦਾ। ਫਿਰ ਅੱਛੀ ਗੱਲ ਹੈ ਕਿ ਤੁਸੀਂ ਕੁਛ ਕਿਸਮਤ ਜੇ ਕਿ ਤੁਹਾਨੂੰ ਹਾਲੇ ਤੱਕ ਮਾਮੂ ਕਹਿ ਕੇ ਕਿਸੇ ਨੇ ਨਹੀਂ ਬੁਲਾਇਆ, ਐਸੇ ਬੱਚੇ ਨੇ। ਅੱਛਾ ਠੀਕ ਹੈ ਜੀ, ਇਸ ਟੋਪਿਕ ਨੂੰ ਬੰਦ ਕਰਦੇ ਹਾਂ ਅਤੇ ਅੱਜ ਤੁਸੀਂ ਸਾਨੂੰ ਸਭ ਤੋਂ ਪਹਿਲਾਂ ਕੀ ਸੁਣਾ ਰਹੇ ਹੋ ਆਪਣੀ ਸੁਰੀਲੀ ਆਵਾਜ਼ ਵਿੱਚ? ਸਭ ਤੋਂ ਪਹਿਲੇ ਮੈਂ ਬਚਪਨ ਦੇ ਵਿੱਚ ਗਾਉਂਦਾ ਸਾਂ, ਉਸਤਾਦ ਦਾ ਗੀਤ ਬਹੁਤ ਮਸ਼ਹੂਰ ਹੋਇਆ ਸੀ, ਕਮੀਜ਼ ਤੇਰੀ ਕਾਲੀ ਸੋਹਣੇ ਫੁੱਲਾਂ ਵਾਲੀ, ਭਾਵੇਂ ਬੱਸੇ ਤੋਂ ਬਲੈਤ ਅਸਾਂ ਕਰਨੀ ਨਹੀਂ ਰਹਿਤ, ਤੈਨੂੰ ਲੈ ਕੇ ਜਾਣਾ ਮੀਆਂ ਵਾਲੀ। ਕਮੀਜ਼ ਤੇਰੀ ਕਾਲੀ ਨੀ ਸੋਹਣੇ ਫੁੱਲਾਂ ਵਾਲੀ, ਭਾਵੇਂ ਬੱਸੇ ਤੂੰ ਵਲੈਤ ਅਸਾਂ ਕਰਨੀ ਨੀ ਰਹਿਤ, ਤੈਨੂੰ ਲੈ ਕੇ ਜਾਣਾ ਮੀਆਂ ਵਾਲੀ। ਕਮੀਜ਼ ਤੇਰੀ ਕਾਲੀ ਨੀ ਸੋਹਣੇ ਫੁੱਲਾਂ ਵਾਲੀ, ਤੂੰ ਪਹਿਲਾਂ ਪਾਵੇ ਤੇ ਨਖਰੇ ਦਿਖਾਵੇ, ਤੂੰ ਪਹਿਲਾਂ ਪਾਵੇ ਤੇ ਨਖਰੇ ਦਿਖਾਵੇ,
ਓ ਰੱਬ ਕਰੇ ਸਾਡਾ ਮੇਲ ਕਦੀ ਆ ਜਾ ਇਸ ਖੇਲ ਸਾਨੂੰ ਬੈਣ ਦੇ ਜ਼ੁਲਫਾਂ ਦੀ ਛਾਵੇਂ ਕਮੀਜ਼ ਤੇਰੀ ਕਾਲੀ ਨੀ ਸੋਹਣੇ ਫੁੱਲਾਂ ਵਾਲੀ। ਵਾਹ ਜੀ ਵਾਹ, ਵਾਹ ਜੀ ਵਾਹ, ਕਮੀਜ਼ ਤੇਰੀ ਕਾਲੀ ਸੋਹਣੇ ਫੁੱਲਾਂ ਵਾਲੀ। ਕੁਝ ਗੀਤ ਐਸੇ ਹੁੰਦੇ ਨੇ ਕਿ ਜਿਹੜੇ ਤਾਰੀਖ ਦਾ ਹਿੱਸਾ ਬਣ ਜਾਂਦੇ ਨੇ, ਉਹ ਲਿਖਣ ਦਾ ਵੀ ਕੋਈ ਖਾਸ ਹੀ ਟਾਈਮ ਹੁੰਦਾ, ਤਾਂ ਉਹਨੂੰ ਕੰਪੋਜੀਸ਼ਨ ਤੋਂ ਲੈ ਕੇ ਗਾਉਣ ਤੱਕ ਦਾ ਇੱਕ ਐਸਾ ਉਹ ਖਾਸ ਟਾਈਮ ਹੁੰਦਾ ਕਿ ਜਦੋਂ ਰੱਬ ਦੀਆਂ ਰਹਿਮਤਾਂ ਦਾ ਨਜ਼ੂਲ ਹੋ ਰਿਹਾ ਹੁੰਦਾ, ਤੂੰ ਤਾਰੀਖ ਦਾ ਹਿੱਸਾ। ਇਹ ਸੌਂਗ ਬਜ਼ਾਹਰ ਤੇ ਸਾਦਾ ਜਿਹਾ ਸੌਂਗ ਹੈ, ਆਮ ਜੀ ਗੱਲ ਹੈ ਕਿ ਕਮੀਜ਼ ਤੇਰੀ ਕਾਲੀ ਸੋਹਣੇ ਫੁੱਲਾਂ ਵਾਲੀ, ਲੇਕਿਨ ਇਹਨਾਂ ਲਫਜ਼ਾਂ ਨੂੰ ਰੱਬ ਨੇ ਇੰਨਾ ਕੁ ਭਾਗ ਲਾਇਆ ਕਿ ਪੂਰੀ ਦੁਨੀਆਂ ਨੇ ਸੁਣਿਆ। ਪੂਰੀ ਦੁਨੀਆਂ 'ਚ ਜਿੱਥੇ ਵੀ ਕੋਈ ਪੰਜਾਬੀ ਰਹਿੰਦਾ, ਜਿੱਥੇ ਵੀ ਕੋਈ ਪੰਜਾਬੀ ਬੋਲਣ ਵਾਲਾ, ਉਹਨੇ ਗਾਣਾ ਜ਼ਰੂਰ ਸੁਣਿਆ, ਅਤੇ ਜ਼ਿੰਦਗੀ 'ਚ ਭਾਵੇਂ ਇੱਕ ਦਫ਼ਾ ਗੁਣਗੁਣਾਇਆ ਵੀ ਲਾਜ਼ਮੀ ਹੋਣਾ ਕਮੀਜ਼ ਤੇਰੀ ਕਾਲੀ ਸੋਹਣੇ ਫੁੱਲਾਂ ਵਾਲੀ ਅਤੌਲਾ ਖਾਨ ਸਾਹਿਬ ਦੇ ਉੱਤੇ। ਇਸੇ ਗਾਣੇ ਤੋਂ ਬਾਅਦ ਅੱਲਾਹ ਤਾਲਾ ਨੇ ਬਹੁਤ ਭਾਗ ਲਾਇਆ ਉਹਨਾਂ। ਅੱਛਾ, ਆਪਣਾ ਸ਼ਾਹਦੁੱਲਾ ਖਾਨ ਸਾਹਿਬ, ਅਸੀਂ ਤੁਹਾਡੇ ਕੋਲ ਇਹ ਪੁੱਛਣਾ ਚਾਹਾਂਗੇ ਕਿ ਹੁਣ ਸਿੱਖ ਰਹੇ ਹੋ ਮਜ਼ੀਦ ਜਾਂ ਹੁਣ ਪ੍ਰੈਕਟੀਕਲ ਕੰਮ 'ਚ ਆ ਗਏ ਹੋ ਜਾਂ ਹਾਲੇ ਵੀ ਸਿੱਖ ਰਹੇ ਹੋ ਦਿਨ ਬ ਦਿਨ? ਜੀ, ਸਿੱਖਣ ਦੀ ਹੱਦ ਤੱਕ ਅਮੀਨ ਬਾਈ, ਇਹ ਗੱਲ ਹੈ ਕਿ ਇਹ ਕੰਮ ਇਹੋ ਜਿਹਾ ਕਿ ਸਾਰੀ ਜ਼ਿੰਦਗੀ ਨਹੀਂ ਮੁੱਕਦਾ, ਸਾਰੀ ਜ਼ਿੰਦਗੀ ਬੰਦਾ ਸਿੱਖਦਾ ਹੀ ਰਹਿੰਦਾ। ਸਾਨੂੰ ਅਜੇ ਕੱਖ ਵੀ ਨਹੀਂ ਆਉਂਦਾ ਬਿਲਕੁਲ, ਮੌਸੀਕੀ ਦਾ ਪਤਾ ਹੀ ਕੋਈ ਨਹੀਂ ਕਿ ਮੌਸੀਕੀ ਕੀ ਚੀਜ਼ ਹੈ, ਮੌਸੀਕੀ ਦਾ ਕਿਸੇ ਨੂੰ ਨਹੀਂ ਪਤਾ। ਠੀਕ ਹੋ ਗਿਆ, ਥੱਲੇ ਮਜ਼ੀਦ ਸਿੱਖ ਰਹੇ ਹੋ ਜੀ, ਯਾਨੀ ਕਿ ਜਦ ਤੱਕ ਜ਼ਿੰਦਗੀ ਹੈ ਸਿੱਖਦੇ ਜਾਣਾ ਹੈ। ਠੀਕ ਹੋ ਗਿਆ। ਅੱਛਾ, ਮੌਸੀਕੀ ਮਾਜ਼ੀ ਤੁਹਾਡਾ ਸਾਨੂੰ ਪਤਾ ਲੱਗ ਗਿਆ, ਫਿਲਹਾਲ ਇਸ ਟਾਈਮ ਜਿਹੜਾ ਵੇਲਾ ਲੰਘ ਰਿਹਾ, ਅੱਜ ਕੱਲ੍ਹ ਕੀ ਮਸਰੂਫੀਅਤ ਹੈ, ਮੌਸੀਕੀ ਦੇ ਹਵਾਲੇ ਨਾਲ ਕੀ ਕਰ ਰਹੇ ਹੋ? ਮੌਸੀਕੀ ਦੇ ਹਵਾਲੇ ਨਾਲ ਮੌਸੀਕੀ ਬਿਲਕੁਲ ਖਤਮ ਹੋ ਚੁੱਕੀ ਹੈ, ਕਿਉਂਕਿ ਸਾਡੀ ਹਕੂਮਤ ਪ੍ਰਮੋਟ ਨਹੀਂ ਕਰ ਰਹੀ, ਸਾਡੀ ਫਿਲਮ ਇੰਡਸਟਰੀ ਖਤਮ ਹੋ ਚੁੱਕੀ ਹੈ ਔਰ ਮੌਸੀਕੀ ਖਤਮ ਹੋ ਚੁੱਕੀ ਹੈ, ਫਿਰ ਸਾਊਂਡ ਇਫੈਕਟ 'ਤੇ ਜਿਹੜੀ ਪਾਬੰਦੀ ਲੱਗੀ ਹੋਈ ਹੈ ਉਹਦੀ ਵਜ੍ਹਾ ਤੋਂ ਅਸੀਂ ਸ਼ੋਅ ਨਹੀਂ, ਪ੍ਰੋਗਰਾਮ ਵੀ ਨਹੀਂ ਹੋ ਪਾ ਰਹੇ, ਨਹੀਂ ਹੋ ਪਾ ਰਹੇ ਬਿਲਕੁਲ। ਅਤੇ ਲੇਕਿਨ ਅਸੀਂ ਇਨਸ਼ਾਅੱਲਾ ਗੌਰਮੈਂਟ ਅੱਗੇ ਅਪੀਲ ਕੀਤੀ ਸਾਰੇ ਸਿੰਗਰਾਂ ਨੇ ਮਿਲ ਕੇ, ਅਤੇ ਉਸ ਤੋਂ ਅੱਲਾ ਕੋਲੋਂ ਦੁਆ ਕਰਨਾ ਕਿ 2020 ਦਾ ਸਾਲ ਜਿਹੜਾ ਇਹ ਤੰਗੀਆਂ ਤਕਲੀਫਾਂ ਸਾਰੀਆਂ ਦੂਰ ਕਰੇ, ਅਤੇ ਇਨਸ਼ਾਅੱਲਾ ਉਮੀਦ ਹੈ ਕਿ ਸਾਊਂਡ ਐਕਟ ਜਿਹੜਾ ਲੱਗਿਆ ਇਹ ਖਤਮ ਹੋ ਜਾਵੇਗਾ ਬਹੁਤ ਜਲਦ। ਠੀਕ ਹੋ ਗਿਆ। ਅਤੇ ਅੱਛਾ, ਲਾਲਾ ਅਤਾਉਲਾ ਖਾਨ ਸਾਹਿਬ ਇਸਾ ਖੇਲਵੀ ਤਾਂ ਤੁਹਾਡੇ ਫੇਵਰਟ ਨੇ, ਤੁਹਾਡੇ ਉਸਤਾਦ ਨੇ, ਤੁਹਾਡੇ ਆਈਡੀਅਲ ਨੇ, ਇਸ ਤੋਂ ਇਲਾਵਾ ਹੋਰ ਕਿਹੜਾ ਐਸਾ ਫਨਕਾਰ ਜਿਹਨੂੰ ਤੁਸੀਂ ਕਦੀ ਕਦੀ ਬੈਠ ਕੇ ਸ਼ੌਕ ਨਾਲ ਸੁਣਦੇ ਹੋ, ਕੋਈ ਐਸਾ ਫਨਕਾਰ ਹੋਰ ਹੈ? ਨਹੀਂ ਜੀ, ਹੋਰ ਐਸਾ ਫਨਕਾਰ ਨਹੀਂ ਹੈ ਕਿ ਮੈਂ ਕਿਸੇ ਹੋਰ ਨੂੰ ਲਾਈਕ ਕਰਾਂ ਜਾਂ ਸੁਣਾ, ਸਿਰਫ ਕੰਨਾਂ ਦੇ ਵਿੱਚ ਗੂੰਜ ਖਾਨ ਸਾਹਿਬ ਦੀ। ਯਾਨੀ ਕਿ ਤੁਹਾਡੀ ਪੱਕੀ ਪੱਕੀ ਸੋਈ ਇੱਥੇ ਹੀ ਫਸ ਗਈ? ਤੁਸੀਂ ਆਸੇ ਪਾਸੇ ਹੋਰ ਕਿਸੇ ਪਾਸੇ ਝਾਤੀ ਨਹੀਂ ਪਾਈ, ਸਿਰਫ ਅਤਾਉਲਾ ਨੂੰ ਹੀ ਆਪਣਾ ਆਈਡੀਅਲ ਰੱਖਿਆ? ਬਿਲਕੁਲ ਬਿਲਕੁਲ ਜੀ, ਬਹੁਤ ਅੱਛਾ ਜੀ, ਆਪਣੀ ਯਾਨੀ ਤੁਸੀਂ ਆਪਣੀ ਲਾਈਨ ਨਹੀਂ ਛੱਡੀ। ਠੀਕ ਹੋ ਗਿਆ। ਅੱਛਾ, ਪੰਜਾਬੀ ਅਤੇ ਸੁਰਾਇਕੀ ਇਹ ਦੋਨੋਂ ਜ਼ਬਾਨਾਂ ਮਿਕਸ, ਅਤਾਉਲਾ ਖਾਨ ਸਾਹਿਬ ਤੁਹਾਡੇ ਵੀ ਮੈਂ ਸੌਂਗ ਸੁਣੇ ਨੇ, ਯੂਟਿਊਬ 'ਤੇ ਵੀ ਸੁਣੇ ਨੇ, ਅਤੇ ਪੰਜਾਬੀ ਅਤੇ ਸੁਰਾਇਕੀ ਨੂੰ ਤੁਸੀਂ ਜ਼ਿਆਦਾ ਮਜ਼ੇ, ਕਦੀ ਉਰਦੂ ਗਾਣਾ ਵੀ ਗਾਇਆ? ਨਹੀਂ, ਉਰਦੂ ਅਗਰ ਸ਼ੋਅ ਦੇ ਵਿੱਚ ਲਾਈਵ ਹੋ ਜਾਏ ਤਾਂ ਉਹ ਗਾਲੀ ਦਾ, ਮਗਰ ਮੈਂ ਵਾਲੀਅਮ ਦੇ ਵਿੱਚ ਅੱਜ ਤੱਕ ਨਹੀਂ ਮੈਂ ਉਰਦੂ ਕੀਤਾ। ਅਗਰ ਕੋਈ ਲਾਲਾ ਤੌਲਾ ਖਾਨ ਸਾਹਿਬ ਦੇ ਹਨ ਉਰਦੂ ਸੌਂਗ ਵੀ ਹਨ ਮਾਰਕੀਟ 'ਚ ਮੌਜੂਦ, ਜ਼ਿਕਰ ਜਬ ਛਿੜ ਗਿਆ ਉਨਕੀ ਅੰਗੜਾਈ ਕਾ, ਅਤੇ ਤੁਸੀਂ ਅੱਗੇ ਫਿਊਚਰ 'ਚ ਕੋਈ ਐਸਾ ਪਲਾਨ ਰੱਖਦੇ ਹੋ ਕਿ ਉਰਦੂ ਗਾਣਾ ਗਾਇਆ ਜਾਏ? ਜੀ ਬਿਲਕੁਲ, ਸ਼ੌਕ ਤਾਂ ਹੈ, ਮਗਰ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਮੁਕਾਮ ਤੱਕ ਪਹੁੰਚੀਏ। ਇਨਸ਼ਾਅੱਲਾ ਅੱਲਾਹ ਤਾਲਾ ਤੁਹਾਨੂੰ ਜਿਹੜਾ ਉਸ ਮੁਕਾਮ 'ਤੇ ਪਹੁੰਚਾਏਗਾ, ਕਿਉਂਕਿ ਹਿੰਮਤ ਮਰਦਾ ਮਦਦ ਖੁਦਾ, ਹਿੰਮਤ ਕਰਦੇ ਰਹੋ ਅਤੇ ਇਨਸ਼ਾਅੱਲਾ ਅੱਲਾਹ ਤਾਲਾ ਤੁਹਾਨੂੰ ਬਹੁਤ ਜਲਦ ਲਾਲਾ ਉਤਾਰਾ ਉਲਾ ਜਿਨਾ ਅੱਲਾ ਸਾਡੀ ਦੁਆ ਹੈ ਕਿ ਤੁਹਾਨੂੰ ਉਹਨਾਂ ਮਰਤਬਾ ਅਤਾ ਕਰੇ ਮਾਲਕ ਦੀ ਦਾਤ, ਹਾਲਾਂਕਿ ਬਹੁਤ ਵੱਡਾ ਨਾਂ ਹੈ, ਬਹੁਤ ਵੱਡਾ ਨਾਂ ਹੈ। ਇਸ ਵੇਲੇ ਅਸੀਂ ਸ਼ਾਹਦੁੱਲਾ ਖਾਨ ਸਾਹਿਬ ਦਾ ਜਿਹੜਾ ਉਹਨਾਂ ਦਾ ਵੋਕਲ ਰੂਮ ਹੈ ਜਿੱਥੇ ਬੈਠ ਕੇ ਪ੍ਰੈਕਟਿਸ ਕਰਦੇ ਨੇ, ਉੱਥੇ ਆ ਕੇ ਬੈਠ ਗਏ ਹਾਂ, ਅਤੇ ਸਾਡੀ ਫੁੱਲ ਤੱਤੀ ਚਾਹ ਵੀ ਤਿਆਰ ਹੈ ਜੀ, ਫੁੱਲ ਤੱਤੀ। ਸ਼ਾਹ ਸਾਹਿਬ ਉਂਗਲ ਲੱਗ ਕੇ ਚੈੱਕ ਕਰੋ ਤੱਤੀ, ਸੱਚੀ ਖੁਸ਼ੀ ਹਾਂਜੀ, ਬਿਲਕੁਲ ਤੱਤੀ ਹਾਂਜੀ, ਯਾਨੀ ਕਿ ਫੁੱਲ ਤੱਤੀ ਚਾਹ ਵੀ ਤਾਂ ਮੇਨ ਰਾਜਾ। ਅੱਜ ਸਾਡੀ ਚਾਹ ਸ਼ਾਹਦੁੱਲਾ ਖਾਨ ਸਾਹਿਬ ਦੇ ਘਰੋਂ ਹੈ, ਅਤੇ ਜਨਾਬ ਅਸੀਂ ਚਾਹ ਪੀਣ ਲੱਗੇ ਹਾਂ, ਅਤੇ ਨਾਲੇ ਚਾਹ ਦੇ ਨਾਲ ਨਾਲ ਅਸੀਂ ਖਾਨ ਸਾਹਿਬ ਕੋਲੋਂ ਇਹਨਾਂ ਦੇ ਹਾਲਾਤ ਜ਼ਿੰਦਗੀ ਵਾਕਿਆਤ ਵਗੈਰਾ ਪੁੱਛਦੇ ਰਹਾਂਗੇ। ਅੱਛਾ, ਜਿੱਥੇ ਸਾਡਾ ਅਸੀਂ ਆਪਣਾ ਪ੍ਰੋਗਰਾਮ ਦਾ ਸਿਲਸਿਲਾ ਖਤਮ ਕੀਤਾ ਸੀ ਉੱਥੋਂ ਹੀ ਸ਼ੁਰੂ ਕਰਾਂਗੇ ਕਿ ਤੁਹਾਨੂੰ ਮੈਂ ਪੁੱਛਿਆ ਸੀ ਕਿ ਇਸ ਟਾਈਮ ਕਿਸ ਚੀਜ਼ ਦੀ ਸਟਰਗਲ ਹੋ ਰਹੀ, ਕੋਈ ਨਵਾਂ ਆਪਣਾ ਗਾਣਾ ਆਡੀਓ ਵੀਡੀਓ ਕਰ ਰਹੇ ਹੋ, ਜਾਂ ਅੱਜ ਕੱਲ੍ਹ ਤੁਹਾਡੀ ਮਸਰੂਫੀਅਤ ਕੀ ਹੈ ਆਪਣੇ ਗਾਇਕੀ ਦੇ ਹਵਾਲੇ ਨਾਲ? ਗਾਇਕੀ ਦੇ ਹਵਾਲੇ ਨਾਲ ਜੀ ਬਸ ਗਾਣੇ ਕਰੀ ਜਾ ਰਹੇ ਹਾਂ, ਅਤੇ ਅੱਲਾਹ ਪਾਕ ਖੈਰ ਕਰੇਗਾ। ਬਾਕੀ ਮੇਰਾ ਨਿਊ ਸੌਂਗ ਆ ਰਹੇ ਸਾਡੇ ਕੱਪੜਾ ਕੋ ਭਾ ਲੱਗ ਗਈ, ਸਾਡੇ ਕੱਪੜਾ ਕੋ ਭਾ ਲੱਗ ਗਈ। ਅੱਛਾ, ਠੇਠ ਸਰੈਕੀ ਜ਼ਬਾਨ ਹੈ, ਠੀਕ ਹੈ, ਅਤੇ ਕਿਉਂਕਿ ਮੈਂ ਪੰਜਾਬੀ ਹਾਂ, ਮੈਨੂੰ ਥੋੜ੍ਹਾ ਜਿਹਾ ਜਿਹਨੇ ਟ੍ਰਾਂਸਲੇਸ਼ਨ ਕਰਕੇ ਦੱਸੋ ਕਿ ਸਾਡੇ ਕੱਪੜਿਆਂ ਕੋ ਭਾ ਲੱਗ, ਇਹ ਭਾ ਕੀ ਚੀਜ਼ ਹੈ? ਭਾ ਹੈ ਜੀ, ਸਰੈਕੀ ਦੇ ਵਿੱਚ ਅੱਗ ਕਿਹਾ ਜਾਂਦਾ ਹੈ ਭਾ ਨੂੰ। ਅੱਛਾ, ਯਾਨੀ ਕਿ ਤੁਹਾਡੇ ਕੱਪੜਿਆਂ ਨੂੰ ਅੱਗ ਲੱਗ ਗਈ? ਜੀ ਜੀ।
ਅਸੀਂ ਕਹਿ ਸਕਦੇ ਆਪਣੀ ਜ਼ਬਾਨ 'ਚ। ਇਹ ਜੀ ਗਾਣਾ ਤਾਂ ਮੈਨੂੰ ਲੈਣ ਬੜੀ ਹੋਰ ਜੀ ਲੱਗੀ ਕਿ ਸਾਡੇ ਕੱਪੜਿਆਂ ਨੂੰ ਅੱਗ ਲੱਗ ਗਈ, ਲੇਕਿਨ ਇਹ ਸੁਣਾਂਗੇ ਤਾਂ ਪਤਾ ਲੱਗੇਗਾ ਵੀ ਇਹ ਕਿਉਂ ਲੱਗ ਗਈ। ਠੀਕ ਹੈ, ਨਾਲੇ ਚਾਹ ਪੀਂਦੇ, ਚਾਹ ਖਤਮ ਹੁੰਦੀ ਤਾਂ ਸ਼ਾਦੁੱਲਾ ਖਾਨ ਸਾਹਿਬ ਕੋਲੋਂ ਇਹ ਗਾਣਾ ਸੁਣਾਂਗੇ ਕਿ ਇਹਨਾਂ ਦੇ ਕੱਪੜਿਆਂ ਨੂੰ ਭਾਗ ਕਿਉਂ ਲੱਗ ਗਈ, ਚਾਹ ਮੁੱਕ ਗਈ। ਅਤੇ ਹੁਣ ਜੀ ਅਸੀਂ ਸੁਣਦੇ ਹਾਂ ਸ਼ਾਦੁੱਲਾ ਖਾਨ ਸਾਹਿਬ ਕੋਲੋਂ ਸਾਡੇ ਕੱਪੜਿਆਂ ਨੂੰ ਭਾਗ ਲੱਗ ਗਈ, ਉਹ ਭਾਗ ਕਿਵੇਂ ਲੱਗੀ ਇਹਨਾਂ ਦੀ ਜ਼ਬਾਨੀ ਸੁਣਦੇ ਹਾਂ। ਸਾਨ ਦਾ ਕੇ ਫਾਇਦਾ ਲੁਕੀ ਆਪਣੀ ਬਾਲ ਕੇ ਰੱਖੀਏ, ਬਦ ਨਸਲ ਸੱਜਣ ਤੂੰ ਬਿਹਤਰ ਹੈ, ਪੁੱਤਾ ਨਸਲ ਦਾ ਪਾਲ ਕੇ ਰੱਖੀਏ। ਦਿੱਤਾ ਢੋਲੇ ਕੂ ਗੈਰਾਂ ਦੇ ਨਾਲ ਸਾਡੇ ਕੱਪੜਾਂ ਕੂ ਭਾ ਲੱਗ ਗਈ, ਸਾਡੇ ਕੱਪੜਾਂ ਕੂਭਾ ਲੱਗ ਗਈ। ਉਹਨੂੰ ਆਇਆ ਨਾ ਸਾਡਾ ਖਿਆਲ, ਉਹਨੂੰ ਆਇਆ ਨਾ ਸਾਡਾ ਖਿਆਲ, ਸਾਡੇ ਕੱਪੜਾਂ ਕੂਭਾ ਲੱਗ ਗਈ, ਉਹ ਸਾਡੇ ਕੱਪੜਾਂ ਕੂਭਾ ਲੱਗ ਗਈ। ਪਿੱਛੇ ਸੱਟਿਆਈ ਨਾਲ ਉਹਨਾਂ ਦੇ ਰਹਿਣਾ ਉਹ ਸਵਾਦ ਵੀ ਕੋਈ ਨੂੰ, ਮਤਾਂ ਸਮਝ ਨਿਖੜ ਕੇ ਰੋਂਦਾ ਹੋ ਸੀ ਤੂੰ ਤਾਂ ਦਰਦ ਨੂੰ ਯਾਦ ਵੀ ਕੋਈ ਨੂੰ। ਜਿਹੜਾ ਕੱਲ ਤਾਈ ਸਾਡਾ ਹਾਈ ਅੱਲਾ ਜਾਣੇ ਅੱਜ ਕਿਉਂ ਲੱਗਦਾ ਕਾਲ, ਸਾਡੇ ਕੱਪੜਾਂ ਕੂਭਾ ਲੱਗ ਗਈ, ਉਹ ਸਾਡੇ ਕੱਪੜਾਂ ਕੂਭਾ ਲੱਗ ਗਈ। ਚਿੱਟਾ ਢੋਲੇ ਕੂ ਗੈਰਾਂ ਦੇ ਨਾਲ ਸਾਡੇ ਕੱਪੜਾਂ ਕੂਭਾ ਲੱਗ ਗਈ, ਉਹ ਸਾਡੇ ਕੱਪੜਾਂ ਕੂਭਾ ਲੱਗ ਗਈ। ਸਾਡੇ
ਵਾਹ 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 ਜੀ ਵਾਹ ਸਾਡੇ ਕੱਪੜਾਂ ਕੋ ਬਾਹ ਲੱਗ ਗਈ ਬਹੁਤ ਅੱਛਾ ਸੌਂਗ ਥੋੜ੍ਹਾ ਲੰਮਾ ਸੀ ਲੇਕਿਨ ਬਹੁਤ ਅੱਛਾ ਸੌਂਗ ਅਤਾਉਲਾ ਖਾਨ ਸਾਹਿਬ ਦੇ ਸਟਾਈਲ 'ਚ ਉਹਨਾਂ ਦਾ ਸ਼ਾਗਿਰਦ ਤੁਹਾਡੇ ਸਾਹਮਣੇ ਸੁਣਾ ਰਹੇ ਨੇ ਅਤੇ ਮੈਨੂੰ ਤਾਂ ਇੰਝ ਲੱਗਾ ਜਿਵੇਂ ਅਤਾਉਲਾ ਸਾਹਿਬ ਹੀ ਗਾ ਰਹੇ ਨੇ ਮੈਨੂੰ ਇੰਝ ਲੱਗ ਰਿਹਾ ਸੀ ਜਿਵੇਂ ਮੇਰੇ ਕੋਲ ਅਤਾਉਲਾ ਖਾਨ ਸਾਹਿਬ ਹੀ ਬੈਠੇ ਨੇ ਅਤੇ ਜਨਾਬ ਇਹਦੀ ਲੈਰਿਕਸ ਦੀ ਸ਼ਾਇਰੀ ਬਹੁਤ ਜ਼ਬਰਦਸਤ ਬਹੁਤ ਸ਼ਾਨਦਾਰ ਸ਼ਾਇਰੀ ਅਤੇ ਸੱਚੀ ਮੁੱਚੀ ਉਹਨੇ ਕਾਫੀ ਰਦੀਫ ਦਾ ਹਰ ਚੀਜ਼ ਦਾ ਬੜਾ ਸੋਹਣਾ ਖਿਆਲ ਰੱਖਿਆ ਸ਼ਾਇਰ ਨੇ ਅਤੇ ਇਹਦੇ ਲਿਖਾਰੀ ਕੌਣ ਨੇ ਅਤੇ ਸ਼ਾਇਰ ਕੌਣ ਸਾਹਿਬ ਨੇ ਜੀ ਮਜ਼ਰ ਨਿਆਜ਼ੀ ਸਾਹਿਬ ਦਾ ਗੀਤ ਲਿਖਿਆ ਹੋਇਆ ਔਰ ਜਿਹੜੇ ਵਿੱਚ ਦੋੜੇ ਲਾਈਨ ਉਹ ਲਾਈਨ ਨੇ ਗੁਲਾਮ ਅਲੀ ਦਰਦ ਸਾਹਿਬ ਨੇ ਸਰਗੋਦਾ ਦੇ ਅਤੇ ਕਯੂਮ ਅਲੀ ਸਾਹਿਬ ਨੇ ਉਹਨਾਂ ਦੀ ਇੱਕ ਸ਼ਾਇਰੀ ਇਕੱਠੀ ਕੀਤੀ ਇਕੱਠੀ ਕਰਕੇ ਅਤੇ ਮੈਂ ਤੁਹਾਡੀ ਖਿਦਮਤ ਵਿੱਚ ਯਾਨੀ ਕਿ ਕੋਈ ਤਿੰਨ ਸ਼ਾਇਰਾਂ ਦਾ ਗੁਲਦਸਤਾ ਹੈ ਜੀ ਜੀ ਠੀਕ ਆ ਵਾਹ ਜੀ ਵਾਹ ਅੱਲਾਹ ਤਾਲਾ ਇਹਨਾਂ ਦੀ ਲਿਖਣਾ ਇਹਨਾਂ ਦੇ ਲਫ਼ਜ਼ਾਂ 'ਚ ਹੋਰ ਦਰਦ ਅਤੇ ਹੋਰ ਵਜ਼ਨ ਪੈਦਾ ਕਰੇ ਅੱਛਾ ਗੱਲ ਦੱਸੋ ਕਿ ਜਿਹੜਾ ਇੰਨੀ ਦਰਦ ਭਰੀ ਆਵਾਜ਼ ਜਿਹੜੀ ਅੰਦਰੋਂ ਕੱਢਦੇ ਹੋ ਤੁਸੀਂ ਕਿ ਯਾਨੀ ਕਿ ਸੁਣ ਕੇ ਹੀ ਬੰਦੇ ਦੇ ਨਾ ਉਹ ਜਿਹੜੀਆਂ ਪੁਰਾਣੀਆਂ ਸੁੱਤੀਆਂ ਪੀੜਾਂ ਵੀ ਜਾਗ ਪੈਂਦੀਆਂ ਨੇ ਠੀਕ ਹੈ ਅਤੇ ਤੁਸੀਂ ਕਦੀ ਕੋਈ ਹੈਪੀ ਸੌਂਗ ਵੀ ਗਾਇਆ ਜਿਹਦੇ 'ਚ ਕਿਸੇ ਦਾ ਉੱਠ ਕੇ ਨੱਚਣ ਨੂੰ ਵੀ ਦਿਲ ਕਰੇ ਐਸਾ ਸੌਂਗ ਵੀ ਕੋਈ ਕੀਤਾ ਦੇਖੋ ਜੀ ਇੱਕ ਆਵਾਜ਼ ਜਿਹੜੇ ਅੱਲਾਹ ਤਾਲਾ ਨੇ ਮੇਰੇ ਗਲੇ ਦੇ ਵਿੱਚ ਸੋਜ਼ ਐਸਾ ਪੈਦਾ ਕੀਤਾ ਔਰ ਮੇਰੇ ਉਸਤਾਦਾਂ ਨੇ ਕੀਤੀਆਂ ਦਾ ਸਦਕਾ ਹੈ ਔਰ ਆਵਾਜ਼ ਮੇਰੀ ਇਸ ਤਰ੍ਹਾਂ ਦੀ ਹੈ ਕਿ ਮੈਂ ਚੂਲੋ ਵੀ ਗਾਵਾਂ ਨਾ ਅਤੇ ਉਹ ਵੀ ਲੋਕਾਂ ਨੇ ਸਮਝਣਾ ਕਿ ਰੋਂਦਾ ਪਿਆ ਬਹੁਤ ਅੱਛੇ ਅੱਛਾ ਇਸ ਤਰ੍ਹਾਂ ਵੈਸੇ ਪਾਪੀ ਚੂਲੋ ਅਗਰ ਥੋੜ੍ਹਾ ਸੁਣਾ ਦਿਓ ਜੀ ਮੈਂ ਸੁਣਾ ਸਕਦਾ ਨਹੀਂ ਸੁਣਾ ਸਕਦੇ ਠੀਕ ਹੋ ਗਿਆ ਅੱਛਾ ਇਸ ਤਰ੍ਹਾਂ ਹੈ ਸ਼ਾਹਦੁੱਲਾ ਖਾਨ ਸਾਹਿਬ ਹੁਣ ਤੱਕ ਪਾਕਿਸਤਾਨ ਦੇ ਕਿੰਨੇ ਸ਼ਹਿਰਾਂ 'ਚ ਪਰਫਾਰਮ ਤੁਸੀਂ ਕਰ ਚੁੱਕੇ ਹੋ ਜੀ ਮੈਂ ਤਕਰੀਬਨ ਕੋਈ ਸ਼ਹਿਰ ਹੋਏਗਾ ਜਿਹੜਾ ਛੱਡਿਆ ਹੋਏਗਾ ਨਹੀਂ ਤਾਂ ਹਰ ਸ਼ਹਿਰ ਦੇ ਵਿੱਚ ਪਰਫਾਰਮ ਕਰ ਚੁੱਕਿਆ ਮੈਂ ਮਾਸ਼ਾਅੱਲਾ ਯਾਨੀ ਕਿ ਤਕਰੀਬਨ ਪੰਜਾਬ ਦੇ ਵਿੱਚ ਲੋਕ ਤੁਹਾਨੂੰ ਹਰ ਸ਼ਹਿਰ 'ਚ ਲੋਕ ਜਾਣਦੇ ਨੇ ਪੰਜਾਬ ਦੇ ਵਿੱਚ ਜਾਣਦੇ ਨੇ ਬਾਕੀ ਮੈਂ ਦੋ ਵਾਰ ਮੈਂ ਇੰਡੀਆ 'ਚ ਹੋ ਆਇਆ ਇੰਡੀਆ 'ਚ ਵੀ ਮਾਸ਼ਾਅੱਲਾ ਮੇਰਾ ਇਸੇ ਤਰ੍ਹਾਂ ਪਰਫਾਰਮ ਰਿਹਾ ਮਾਸ਼ਾਅੱਲਾ ਬਹੁਤ ਅੱਲਾ ਨੇ ਇੱਜ਼ਤ ਦਿੱਤੀ ਔਰ ਇੱਕ ਵਾਰੀ ਮਲੇਸ਼ੀਆ 'ਚ ਹੋ ਆਇਆ ਇੰਟਰਨੈਸ਼ਨਲ ਤਾਂ ਮੈਂ ਤਕਰੀਬਨ ਅੱਜ ਤੋਂ 7-8 ਸਾਲ ਪਹਿਲਾਂ ਤੋਂ ਹੋ ਗਿਆ ਸਾਂ ਮਾਸ਼ਾਅੱਲਾ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇੰਡੀਆ ਵੀ ਗਏ ਮਲੇਸ਼ੀਆ ਵੀ ਗਏ ਅੱਛਾ ਇੰਡੀਆ ਕਿਹੜੇ ਸ਼ਹਿਰ ਪਰਫਾਰਮ ਕੀਤਾ ਜੀ ਚੰਡੀਗੜ੍ਹ ਦੇ ਵਿੱਚ ਵਾਹ ਜੀ ਵਾਹ ਉੱਥੇ ਖਸੂਸੀ ਤੌਰ 'ਤੇ ਬੁਲਾਇਆ ਗਿਆ ਜੀ ਜੀ ਕਿਸ ਚੀਜ਼ ਦਾ ਇਵੈਂਟ ਸੀ ਜਿੱਥੇ ਤੁਸੀਂ ਉੱਥੇ ਪਰਫਾਰਮ ਕੀਤਾ ਇਵੈਂਟ ਬਸ ਉਹ ਜਿਸ ਤਰ੍ਹਾਂ ਸਾਡੇ ਜਸ਼ਨ ਦੇ ਹਵਾਲੇ ਨਾਲ ਇੱਥੇ ਹੁੰਦੇ ਨੇ ਇਵੈਂਟ ਇਸੇ ਤਰ੍ਹਾਂ ਉਹਨਾਂ ਦਾ ਸੀ ਉੱਥੇ ਠੀਕ ਹੋ ਗਿਆ ਜੀ ਅਤੇ ਮਲੇਸ਼ੀਆ ਗਏ ਮਲੇਸ਼ੀਆ ਕਿਹੜੇ ਸਾਲ 'ਚ ਗਏ ਤੁਸੀਂ ਮਲੇਸ਼ੀਆ ਮੈਂ ਗਿਆ ਸਾਂ ਜੀ ਤਕਰੀਬਨ 12 ਦੇ ਵਿੱਚ 2012 'ਚ ਜੀ ਜੀ ਅੱਛਾ ਕਿੰਨੀ ਦੇਰ ਦੇ ਤੁਸੀਂ ਬਕਾਇਦਾ ਪ੍ਰੋਪਰ ਸਿੰਗਿੰਗ ਕਰਦੇ ਹੋ ਪ੍ਰੋਪਰ ਸਿੰਗਿੰਗ ਕਰਦੇ ਹਾਂ ਤਕਰੀਬਨ ਮੈਨੂੰ ਹੋ ਗਏ ਨੇ ਕੋਈ 16-17 ਸਾਲ ਹੋ ਗਏ ਨੇ ਵਾਹ ਜੀ ਵਾਹ ਯਾਨੀ ਕਿ ਤੁਹਾਨੂੰ ਅਸੀਂ ਨਿਊ ਟੈਲੈਂਟ ਨਹੀਂ ਨਾ ਕਹਿ ਸਕਦੇ ਮਾਸ਼ਾਅੱਲਾ ਹੁਣ ਕਾਫੀ ਪੁਰਾਣੇ ਹੁਣ ਤਾਂ ਤੁਹਾਨੂੰ ਜੰਗ ਲੱਗ ਗਿਆ ਹੋਣਾ ਇੰਨੇ ਪੁਰਾਣੇ ਹੋ ਗਏ ਨੇ ਠੀਕ ਹੋ ਅੱਛਾ ਅੱਛਾ ਹੁਣ ਇਸ ਤਰ੍ਹਾਂ ਕਿ ਪ੍ਰੋਗਰਾਮ ਦਾ ਸਾਡਾ ਤਕਰੀਬਨ ਵੇਲਾ ਸਾਡਾ ਪੂਰਾ ਹੋ ਗਿਆ ਅਤੇ ਇਹ ਸਾਨੂੰ ਅਸੀਂ ਬਹੁਤ ਜ਼ਿਆਦਾ ਮਸ਼ਹੂਰ ਹਾਂ ਤੁਹਾਡੇ ਬੜੇ ਮਮਨੂਨ ਹਾਂ ਕਿ ਤੁਸੀਂ ਸਾਨੂੰ ਸੱਦਿਆ ਅਸੀਂ ਤੁਹਾਨੂੰ ਕੰਟੈਕਟ ਕੀਤਾ ਤੁਸੀਂ ਸਾਨੂੰ ਆਪਣੇ ਘਰ ਸੱਦਿਆ ਏਡੀ ਸੁਰੀਲੀ ਏਡੀ ਸੋਹਣੀ ਅਤੇ ਏਡੀ ਤੱਤੀ ਚਾਹ ਪਿਆਈ ਇਹ ਤੁਹਾਡੀ ਮਿਹਰਬਾਨੀ ਹੈ ਅੱਛਾ ਜਾਂਦਿਆਂ ਜਾਂਦਿਆਂ ਆਖਰੀ ਸਾਨੂੰ ਕੋਈ ਅੱਛਾ ਜਿਹਾ ਸੌਂਗ ਕਿਹੜਾ ਸੁਣਾ ਰਹੇ ਹੋ ਤੁਸੀਂ ਹੁਣ ਮੈਂ ਇੱਕ ਸੌਂਗ ਕਿਤੇ ਨਿੱਕਾ ਜਿਹਾ ਡੋਲਾ ਸੋਹਣਾ ਜਿਹਾ ਡੋਲਾ ਚਿੱਟਾ ਜਿਹਾ ਸੂਟ ਨਾ ਪਾਇਆ ਕਰ ਹਾਂ ਯਾਨੀ ਕਿ ਲੱਗ ਰਿਹਾ ਹੈਪੀ ਮੂਡ ਦਾ ਗਾਣਾ ਹੈ ਇਹਦੇ 'ਚ ਦੁਖੀ ਗੱਲਾਂ ਕੋਈ ਨਹੀਂ ਗੀਆਂ ਜੀ ਬਿਲਕੁਲ ਬਿਲਕੁਲ ਬੜਾ ਮਸ਼ਹੂਰ ਹੋਇਆ ਮੇਰਾ ਗੀਤ ਹੈ ਅਤੇ ਤੁਹਾਡੀ ਖਿਦਮਤ ਵਿੱਚ ਪੇਸ਼ ਕਰ ਇਨਸ਼ਾਅੱਲਾ ਜੀ ਸੁਣਦੇ ਹਾਂ ਲਓ ਜੀ ਇਹ ਗਾਣਾ ਐਸਾ ਤੁਸੀਂ ਦੇਖੋ ਨਾ ਲੱਗਦਾ ਪਿਆ ਕਿ ਜਿਵੇਂ ਆਪਣੇ ਪਿਆਰ ਕਰਨ ਵਾਲੇ ਆਪਣੇ ਜਿਹੜੇ ਉਹ ਲਵਰ ਹੈ ਉਹਦੀ ਤਾਰੀਫ ਕੀਤੀ ਜਾ ਰਹੀ ਕਿ ਸੋਹਣਾ ਚਿੱਟਾ ਸੂਟ ਨਾ ਪਾਇਆ ਕਰ ਸਾਡਾ ਦਿਮਾਗ ਖਰਾਬ ਹੁੰਦਾ ਵੇਖ ਕੇ ਅਤੇ ਇਨਸ਼ਾਅੱਲਾ ਹੁਣੇ ਸੁਣਦੇ ਹਾਂ ਸ਼ਾਹਦੁੱਲਾ ਸਾਹਿਬ ਕੋਲੋਂ ਅਸਾਂ ਪੀਰ ਮਹਿਲ ਦੇ ਵਾਸੀ ਹਾਂ ਹਰ ਕੈ ਨਾਲ ਰੱਖਦੇ ਪਿਆਰ ਅਸਾਂ ਕੈ ਕੋ ਨਹੀਂ ਤਕਲੀਫ ਦੇਂਦੇ ਅਸਾਂ ਦੁਖੀਆਂ ਦੇ ਗਮ ਖਾ ਰਹੇ ਅਸਾਂ ਲਾ ਕੇ ਤੋੜ ਨੀ ਪੀਂਦੇ ਹੋਏ ਸਦੀਕ ਸਿਆਣਾ ਬਣ ਤੇਰੇ ਅੱਜ ਵੀ ਤਾਬੇਦਾਰ ਏ
ਅਸਮਾਨੀ ਵੇ ਚੰਨ ਤਾਰੇ ਦਿਲ ਨਾਲ ਲਾ ਬੈਠੀ ਦੁੱਖ ਮਾਇਆ ਦੇ ਪੌਸਾਰੇ ਉਹ ਨਿੱਕਾ ਜਿਹਾ ਢੋਲਾ ਸੋਹਣਾ ਜਿਹਾ ਢੋਲਾ ਚਿੱਟਾ ਜਿਹਾ ਸੂਟ ਨਾ ਪਾਇਆ ਕਰ ਉਹ ਨਿੱਕਾ ਜਿਹਾ ਢੋਲਾ ਸੋਹਣਾ ਜਿਹਾ ਢੋਲਾ ਚਿੱਟਾ ਜਿਹਾ ਸੂਟ ਨਾ ਪਾਇਆ ਕਰ ਉਹ ਇੱਕ ਗੱਲ ਮਨ ਵੰਜ ਯਾ ਸਾਡਾ ਬਣ ਵੰਜ ਯਾ ਸਾਡੇ ਸ਼ਹਿਰ ਨਾ ਆਇਆ ਕਰ ਉਹ ਇੱਕ ਗੱਲ ਮਨ ਵੰਜ ਯਾ ਸਾਡਾ ਬਣ ਵੰਜ ਯਾ ਸਾਡੇ ਸ਼ਹਿਰ ਨਾ ਆਇਆ ਕਰ ਸਾਡਾ ਬਣ ਵੰਜ ਯਾ ਸਾਡੇ ਸ਼ਹਿਰ ਨਾ ਆਇਆ ਕਰ।
ताजा तरीन अपलोड्स की नोटिफिकेशन हासिल करने के लिए हमारे चैनल को सब्सक्राइब करें और साथ में दिए गए घंटी के निशान को दबाना ना भूलें।